ਨਹੀਂ ਪਤਾ ਉਧਰ ਸੀਸੀਟੀਵੀ ਲੱਗਾ ਉਧਰ ਕੈਮਰਾ ਨਾ ਦੂਜੇ ਪੰਜਾਬ ਦੇਖਾ ਭਾਈ ਦੇਖ ਲੈਣਾ ਹੁਣ ਪਿਛਲਾ ਬੰਦਾ ਮਾਤੜਾ ਕੁੱਬਾ ਤੁਰੇ ਗੱਲ ਦੇਖੋ 4 ਵਜੇ ਦਾ ਟਾਈਮ ਸੀ ਜਦੋਂ ਮਤਲਬ ਗੁਰਦੁਆਰਾ ਸਾਹਿਬ ਆਇਆ ਗ੍ਰੰਥੀ ਪਾਠ ਕਰਨ ਅਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਇੱਥੇ ਤਾਂ ਚੋਰੀ ਹੋ ਗਈ ਆ ਵੀ ਮਤਲਬ ਪੈਰ ਪੂਰ ਲੱਗੇ ਨੇ ਅੰਦਰਲੇ ਪਾਸੇ ਹਾਲ 'ਚ ਅਤੇ ਮੈਂ ਮਤਲਬ ਆਇਆ ਉਸੇ ਮੌਕੇ ਹੀ ਅਤੇ ਆਉਂਦਿਆਂ ਨੂੰ ਵੇਖਿਆ ਵੀ ਇੱਧਰਲੇ ਪਾਸੇ ਗੋਲਕ ਜਿਹੜੀ ਉਹਨਾਂ ਚੁੱਕ ਕੇ ਨਾ ਅਤੇ ਪਹਿਲਾਂ ਤਾਂ ਆਹ ਗਰਿੱਲ ਜਿਹੜੀ ਆ ਇਹ ਪੁੱਟੀ ਆ ਅਤੇ ਗਰਿੱਲ ਪੁੱਟਣ ਤੋਂ ਬਾਅਦ ਫਿਰ ਉਹ ਅੰਦਰ ਗਿਆ ਇੱਕ ਬੰਦਾ ਅਤੇ ਉਹਦੇ ਤੋਂ ਬਾਅਦ 'ਚ ਉੱਧਰੋਂ ਚੁੱਕ ਕੇ ਨਾ ਆਪਣੇ ਕੀ ਉਹਦਾ ਨਾਂ ਗੋਲਕ ਅਤੇ ਇੱਧਰਲੇ ਪਾਸੇ ਲਿਆਉਂਦੀ ਹੈ ਅਤੇ ਤੋੜ ਕੇ ਉਹਦੇ ਵਿੱਚੋਂ ਜਿੰਨੀ ਵੀ ਕੋਈ ਮਾਇਆ ਹੈਗੀ ਉਹ ਲੈ ਗਏ ਨੇ ਕੋਈ 1:20 ਦਾ ਟਾਈਮ ਸੀ ਰਾਤ ਅਤੇ ਬਾਅਦ 'ਚ ਇਹ ਦਰਵਾਜ਼ਾ ਸਾਡੇ ਰਸੋਈ ਜੀ ਹੈ ਅਤੇ ਬਰਤਨ ਬੁਰਤਨ ਰੱਖੇ ਨੇ ਅਸੀਂ ਅਤੇ ਇਹ ਵੀ ਦਰਵਾਜ਼ਾ ਕੁੰਡਾ ਟੁੱਟਾ ਦਾ ਸੀ ਹੋਰ ਵੀ ਇੱਕ ਪਿੰਡ ਗੁਰਦੁਆਰਾ ਸਾਹਿਬ ਉੱਧਰਲੇ ਪਾਸੇ ਹੈਗਾ ਅਤੇ ਉੱਥੇ ਵੀ ਆਪਣੇ ਚੋਰੀ ਹੋ ਗਈ ਹੈ ਇਹ ਇੱਕੋ ਦਿਨ ਦੇ ਵਿੱਚ ਸਾਡੇ ਪਿੰਡ 2 ਵਾਰਤਾਂ ਹੋਈਆਂ 2 ਗੁਰਦੁਆਰਾ ਸਾਹਿਬ ਦੋਵਾਂ ਦੇ ਮਤਲਬ ਜਿੰਦਰੇ ਟੁੱਟੇ ਨੇ ਅਤੇ ਦੋਵਾਂ ਦੀਆਂ ਗੋਲਕਾਂ ਜਿਹੜੀਆਂ ਉਹਨਾਂ ਨੇ ਭੰਨ ਕੇ ਖੜੀਆਂ ਨੇ ਅਤੇ ਇੱਕ ਸਾਡੇ ਪਿੰਡ ਲਾਗੇ ਲੱਗ ਪੈਂਦਾ ਵਜ਼ੀਰਪੁਰ ਅਫਗਾਨਾ ਉੱਥੇ ਵੀ ਦੱਸਦੇ ਉੱਥੇ ਤਾਂ ਕਾਫੀ ਚੋਰੀ ਹੋ ਗਈ ਉੱਥੇ ਦੱਸਦੇ ਵੀ ਕੋਈ 40-50 ਹਜ਼ਾਰ ਰੁਪਇਆ ਖੜਿਆ ਹਾਂ ਅਸੀਂ ਤਾਂ ਇਹੋ ਮੰਗ ਕਰਨਾ ਵੀ ਇਹਨਾਂ ਨੂੰ ਨੱਥ ਪਈ ਜਾਏ ਇਹਨਾਂ ਨੂੰ ਮਤਲਬ ਇਹੋ ਜਿਹੇ ਜੇ ਵਾਰਦਾਤ ਹੋਣ ਲੱਗੀਆਂ ਤਾਂ ਫਿਰ ਕੀ ਸੇਫਟੀ ਆ ਇੱਥੇ ਨਾਕੇ ਲਾਉਣ ਦਾ ਕਿ ਫਾਇਦਾ ਥਾਂ ਥਾਂ 'ਤੇ ਨਾਕੇ ਲੱਗੇ ਨੇ ਅਤੇ ਕਮ ਸੋ ਕਮ ਇਹਨਾਂ ਨੂੰ ਰਾਤ ਜਦੋਂ 1-2 ਵਜੇ ਨਾ ਕੋਈ ਇੱਧਰ ਉੱਧਰ ਜਾਂਦੇ ਨੇ ਬੰਦੇ ਉਹਨਾਂ ਨੂੰ ਪੁੱਛ ਗਿੱਛ ਹੋਏ ਵੀ ਤੁਸੀਂ ਕਿੱਧਰ ਜਾਣਦੇ ਹੋ ਕੀ ਤੁਹਾਡਾ ਕੰਮ ਹੈ ਮੁਕੇ ਕੋਈ ਸਮਝ ਨਹੀਂ ਲੱਗਦੀ ਪ੍ਰਸ਼ਾਸਨ ਦਾ ਮਤਲਬ ਕੀ ਹਿਸਾਬ ਕਿਤਾਬ ਹੈ ਅਸੀਂ 9:30 ਦੁਕਾਨ ਬੰਦ ਕੀਤੀ ਹੈ ਬਸ ਖਾਣਾ ਘਰ ਚੱਲ ਗਿਆ ਖਾਣਾ ਖੁਣਾ ਖਾਧਾ ਫੈਮਲੀ ਲੈ ਕੇ ਮੈਂ ਆਪਣੀ ਅਤੇ ਫਿਰ ਮੈਂ ਇੱਥੇ ਦੁਕਾਨ 'ਤੇ ਆ ਗਿਆ ਵਾਂ ਅਤੇ ਭਾਅ ਜੀ 11:30 ਤੱਕ ਅਸੀਂ ਤਾਂ ਜਾਗਦੇ ਰਹੇ ਹਾਂ ਅਤੇ ਕਰੀਬ 12:00 11:30 ਪੁਲਿਸ ਆਈ ਆ ਅਤੇ ਉਹ ਨਾਕੇ 'ਤੇ ਚੱਲ ਗਈ ਪਿੰਡ ਸਮਛੇਰਪੁਰ ਅਤੇ ਉਹ ਤੋਂ ਬਾਅਦ 12:00 ਤੋਂ ਲੈ ਕੇ 1:30 ਵਜੇ ਦੇ ਵਿੱਚ ਚੋਰੀ ਹੋਈ ਆ ਅਤੇ ਇੱਕ ਸਾਡੀ ਦੁਕਾਨ ਭੰਨੀ ਆ ਅਤੇ ਲਾਗੇ ਤਿੰਨ ਗੁਰਦੁਆਰਾ ਸਾਹਿਬ ਗੋਲਕਾਂ ਭੰਨੀਆਂ ਆ ਅਤੇ ਬਾਕੀ ਸਾਡਾ 40,000 ਰੁਪਈਆ ਸਰ ਨਗਦ ਸੀਗਾ ਕੈਸ਼ ਬਸ ਕੈਸ਼ ਹੀ ਖੜਿਆ ਔਰ ਕੁਛ ਨਹੀਂ ਖੜਿਆ ਉਹਨਾਂ ਨੇ ਗੁਰਦੁਆਰੇ ਦੀ ਮੁੱਲ ਚੁੱਕੋ 2 ਗੋਲਕਾਂ ਭੰਨੀਆਂ ਜੀ ਅਤੇ ਸੰਘੋਰੋਂ ਵੀ 1 ਗੋਲਕਾਂ ਭੰਨੀ ਆ ਜੀ ਅਤੇ ਉਹ 'ਚੋਂ ਥੋੜ੍ਹੇ ਥੋੜ੍ਹੇ ਪੈਸੇ ਨਿਕਲੇ ਆ ਬਾਕੀ ਉਹਨੇ ਸੰਗਰਾਂਦ 'ਤੇ ਗੋਲਕਾਂ ਖੋਲ੍ਹ ਕੇ ਪੈਸੇ ਕੱਢ ਲਏ ਦੇ ਹਾਂ ਦਰਾਂਗਲੇ ਥਾਣੇ ਵਿੱਚ ਸਾਡੇ ਸਲਾਮਪੁਰ ਪਿੰਡ ਪੈਂਦਾ ਆ ਉੱਥੇ ਦੁਕਾਨ ਵਿੱਚ ਚੋਰੀ ਹੋਈ ਹੈ ਜਿੱਥੋਂ ਸਾਨੂੰ ਦੱਸਿਆ ਕਿ ਸਾਡਾ ਕੁਝ ਸਮਾਨ ਦੁਕਾਨ ਦੇ ਵਿੱਚੋਂ ਚੋਰੀ ਹੋਇਆ ਅਤੇ ਇਸ ਸੰਬੰਧ ਵਿੱਚ ਸਾਨੂੰ ਕੁਝ CCTV ਫੁਟੇਜ ਮਿਲੀ ਹੈ ਜਿਹਦੇ ਵਿੱਚ 2 ਲੜਕਿਆਂ ਨੇ ਮੂੰਹ ਬੰਨੇ ਹੋਏ ਆ ਅਤੇ ਅਸੀਂ ਉਹਨਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਸਾਨੂੰ ਲੱਗਦਾ ਅਸੀਂ ਜਲਦੀ ਬੰਦੇ ਨੂੰ ਟਰੇਸ ਕਰ ਲਵਾਂਗੇ ਮੁਕੱਦਮਾ ਅਸੀਂ ਦਰਜ ਕਰ ਲਿਆ ਅਤੇ ਇਨਵੈਸਟੀਗੇਸ਼ਨ ਜਾਰੀ ਹੈ ਮਲੂਕ ਚੱਕ ਪਿੰਡ ਹੈਗਾ ਸਾਡੇ ਦਰਾਂਗਲੇ ਥਾਣੇ 'ਚ ਪੈਂਦਾ ਉਹ ਵੀ ਉੱਥੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਤਾਲੇ ਤੂਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉੱਥੇ ਕੋਈ ਸਕਸੈਸਫੁੱਲ ਨਹੀਂ ਹੋਏ ਬੰਦੇ ਸੋ ਉੱਥੇ ਕੋਈ ਨੁਕਸਾਨ ਨਹੀਂ ਹੋਇਆ ਅਤੇ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਬੰਦੇ ਸਾਨੂੰ ਫੁਟੇਜ ਮਿਲੀ ਆ ਉੱਥੋਂ ਅਸੀਂ ਟਰੇਸ ਕਰਕੇ ਉਹਨਾਂ ਦੇ ਖਿਲਾਫ਼ ਜੋ ਵੀ ਕਾਰਵਾਈ ਕੀਤੀ ਜਾਏ ਸਾਡਾ ਨਾਕਾ ਉੱਥੋਂ ਕਰੀਬ 700-800 ਮੀਟਰ ਦੀ ਦੂਰੀ 'ਤੇ ਹੈ ਪਰ ਅਸੀਂ ਉਹ ਹੁਣ ਥੋੜ੍ਹੀ ਆਪਣੀ ਸਿਕਿਉਰਿਟੀ ਹੋਰ ਵਧਾ ਰਹੇ ਹਾਂ ਉੱਥੇ ਅਤੇ ਸੈਕਿੰਡਲੀ ਉਹ ਨਾਕੇ 'ਤੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਸੀਗਾ ਕਿਉਂਕਿ ਥੋੜ੍ਹਾ ਦੂਰ ਸੀਗਾ ਉਸ ਜਗ੍ਹਾ ਤੋਂ ਅਤੇ ਪਰ ਤੁਹਾਨੂੰ ਲੱਗਦਾ ਅਸੀਂ ਜਲਦੀ ਬੰਦੇ ਟਰੇਸ ਕਰ ਲਏ ਕਿਉਂਕਿ ਸਾਡੇ ਕੋਲ ਉਹਦੀ ਫੁਟੇਜ ਆ ਗਈ ਹੈ।